ਪਿੰਡ ਕੱਚਰਭੰਨ ਵਿਖੇ ਕਾਸ਼ਤਕਾਰਾਂ ਨੂੰ ਜ਼ਮੀਨ ਤੋਂ ਉਜਾੜਨ ਦੇ ਡਰੋਂ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਦੇ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਧਰਨਾ ਆਖਰਕਾਰ ਖਤਮ ਹੋ ਗਿਆ। ਆਈਜੀ ਜੀਐਸਟੀ ਲੋਨੇ ਕਿਹਾ ਕਿ ਬੀਤੇ ਦਿਨੀ ਪੀੜਤ ਪਰਿਵਾਰ ਵੱਲੋਂ ਪੁਲਿਸ ਥਾਣੇ ਸਾਹਮਣੇ ਦਿੱਤੇ ਜਾ ਰਹੇ ਧਰਨੇ ਵਿੱਚ ਹੜਦੰਗ ਮਚਾਉਣ ਵਾਲੇ ਗੁੰਡਾ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨੇ ਵੀ ਕਿਹਾ ਕਿ ਧਰਨੇ ਦੌਰਾਨ ਜ਼ਖਮੀ ਹੋਏ ਕਿਸਾਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ। ਲੜਕੀ ਨੂੰ ਨੌਕਰੀ ਦੀ ਗੱਲ ਸੀਗੀ, ਜਿਹੜੀ ਉਹ ਮਰਨ ਵਾਲੇ ਦੀ ਭੈਣ ਆ ਉਹ ਸਾਡੇ ਪੁਲਿਸ ਮੁਲਾਜ਼ਮ ਦੀ ਵਾਈਫ ਆ, ਔਰ ਡੀ ਜੀ ਸਾਹਿਬ ਪੰਜਾਬ ਨੇ ਕਿਹਾ ਸੀ ਕਿ ਕਿਉਂਕਿ ਸਾਡਾ ਪੁਲਿਸ ਦਾ ਪਰਿਵਾਰ ਆ, ਉਹਨਾਂ ਦੇ ਇੱਕ ਮਾਮਾ ਜੀ ਵੀ ਪੁਲਿਸ ਨੌਕਰੀ ਕੀਤੀ ਹੈ, ਅਤੇ ਅਸੀਂ ਬਤੌਰ ਪੁਲਿਸ ਦੇ ਪਰਿਵਾਰ ਉਹਨਾਂ ਦੀ ਮਦਦ ਕਰਾਂਗੇ ਔਰ ਉਸ ਲੜਕੀ ਨੂੰ ਮੁਲਾਜ਼ਮਤ ਸਾਂਝ ਦੇ ਵਿੱਚ ਪੁਲਿਸ ਦੀ ਨੌਕਰੀ ਦੇ ਤੌਰ 'ਤੇ ਦਵਾਵਾਂਗੇ। ਇਸ ਤੋਂ ਇਲਾਵਾ ਜਿਹੜਾ ਕੋਈ ਟਰੈਕਟਰ ਟਰੋਲੀ ਜਾਂ ਕਿਸੇ ਦਾ ਨੁਕਸਾਨ ਹੋਇਆ, ਇੱਕ ਐਸ ਡੀ ਐਮ ਦੇ ਅੰਡਰ ਕਮੇਟੀ ਬਣੇਗੀ, ਜੋ ਨੁਕਸਾਨ ਹੈ ਉਹਦੀ ਭਰਪਾਈ ਕੀਤੀ ਜਾਏਗੀ। ਅਗਲੇ ਕਿ ਜਿਹੜੇ ਚਾਰ ਕੁ ਕਿਸਾਨ ਵੀਰ ਜ਼ਖਮੀ ਹੋਏ ਸੀਗੇ ਇਸ ਲੜਾਈ ਦੇ ਵਿੱਚ, ਉਹਨਾਂ ਨੂੰ ਡੀ ਸੀ ਵੱਲੋਂ ਜਿਹੜੀ ਕੰਪਨਸੇਸ਼ਨ ਦੇਣੀ ਹੈ, ਜਿਹੜੇ ਮਾਈਨਰ ਇੰਜਰੀਜ਼ ਨੇ 3 ਨੂੰ 25 ਹਜ਼ਾਰ, ਜਿਹੜੇ ਮੇਜਰ ਇੰਜਰੀਜ਼ ਨੇ 1 ਨੂੰ 50 ਹਜ਼ਾਰ ਰੁਪਇਆ।